ਸਨਮਾਨ ਕਰ ਰਹੇ ਹਨ ਸਰਦਾਰ ਪੂਰਨ ਸਿੰਘ ਜੀ, ਗਿਆਨੀ ਕੁਲਜੀਤ ਸਿੰਘ ਜੀ ਦਿਲਗੜ ਦੇ ਨਾਲ, ਉਹਨਾਂ ਦੇ ਸਾਥੀ ਮਹਿਲ ਸਿੰਘ ਜੀ ਮਾਹੀ, ਸਰਦਾਰ ਬਲਵੀਰ ਸਿੰਘ ਜੀ ਅਤੇ ਸਰਦਾਰ ਕੁਲਵਿੰਦਰ ਸਿੰਘ ਜੀ ਕਮਲ, ਸਮੁੱਚੇ ਰੂਪ ਦੇ ਵਿੱਚ ਤੁਹਾਡੀ ਜਿੱਤ ਦਾ ਸਨਮਾਨ ਕੀਤਾ ਗਿਆ ਹੈ। ਅੱਜ ਆਪਾਂ ਸ਼ਰਧਾਂਜਲੀ ਭੇਟ ਕਰ ਰਹੇ ਹਾਂ, ਉਹਨਾਂ ਦੇ ਵੀਰ ਜੀ ਹਨ, ਮਾਸੀ ਜੀ ਦੇ ਸਪੁੱਤਰ ਸਰਦਾਰ ਬਚਨ ਸਿੰਘ ਜੀ, ਸੰਤ ਬਾਬਾ ਬਚਨ ਸਿੰਘ ਜੀ ਹੁਸ਼ਿਆਰਪੁਰ ਤੋਂ, ਉਹਨਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ। ਉਹਨਾਂ ਨੂੰ ਬੇਨਤੀ ਹੈ ਕਿ ਸਤਿਗੁਰਾਂ ਦੀ ਬਖਸ਼ਿਸ਼ ਰੂਪਾ ਜੋ ਹੈ, ਉਹ ਗਿਆਨੀ ਪੂਰਨ ਸਿੰਘ ਜੀ ਜੋ ਕਿ ਸਾਡੇ ਕੈਨਿਕ ਰੋਡ ਦੇ ਸਟੇਟ ਸਕੱਤਰ ਹਨ ਇੰਗਲੈਂਡ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ, ਉਹਨਾਂ ਪਾਸੋਂ ਸਨਮਾਨ ਪ੍ਰਾਪਤ ਕਰ ਰਹੇ ਹਨ ਸੰਤ ਬਚਨ ਸਿੰਘ ਜੀ ਹੁਸ਼ਿਆਰਪੁਰ ਤੋਂ। ਬੋਲੇ ਹਾਂਜੀ, ਧਿਆਨ ਦਿਓ ਜੀ, ਦੱਸਿਓ। ਹਾਂਜੀ, ਅੱਜ ਦੇ ਇਸ ਸਮਾਗਮ ਜੋ ਕਿ ਗੁਰੂ ਦੇ ਵਜ਼ੀਰ ਹਨ ਕੈਨਿਕ ਰੋਡ ਗੁਰਦੁਆਰਾ ਇੰਗਲੈਂਡ ਯੂਕੇ ਵਿਖੇ, ਉਹਨਾਂ ਦੇ ਪਰਮ ਪਿਤਾ ਜੀ ਸਰਦਾਰ ਅਜੀਤ ਸਿੰਘ ਜੀ ਹਾਜ਼ਰ ਹਨ, ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਸਤਿਗੁਰਾਂ ਦਾ ਸਨਮਾਨ ਹਾਸਲ ਕਰਨ, ਨਾਲ ਹੀ ਸਰਦਾਰ ਪੂਰਨ ਸਿੰਘ ਜੀ ਸੰਘੇੜਾ ਤਲਵੰਡੀ ਤੋਂ ਹਾਜ਼ਰ ਹਨ। ਪਹਿਲਾਂ ਉਹਨਾਂ ਨੂੰ ਬੇਨਤੀ ਹੈ ਕਿ ਉਹ ਸਾਡੇ ਕੋਲ ਜਲਦੀ ਪਹੁੰਚ ਜਾਣਗੇ, ਪਿਤਾ ਜੀ ਆ ਰਹੇ ਹਨ, ਉਹਨਾਂ ਦਾ ਵੀ ਸਨਮਾਨ ਕੀਤਾ ਜਾਣਾ ਹੈ ਅਤੇ ਸਨਮਾਨਿਤ ਕੀਤਾ ਜਾ ਰਿਹਾ ਹੈ ਹੁਣ ਸਰਦਾਰ ਪੂਰਨ ਸਿੰਘ ਜੀ ਸੰਘੇੜਾ ਤਲਵੰਡੀ ਵਾਲੇ। ਸਰਦਾਰ ਦੇ ਪਿਤਾ ਜੀ ਹਨ, ਬੋਲੇ ਹੁਣ ਬੇਨਤੀ ਹੈ ਡਾਕਟਰ ਸਰਦਾਰ ਸੰਪੂਰਨ ਸਿੰਘ ਜੀ ਜੋ ਕਿ ਰਿਟਾਇਰਡ ਖੇਤੀਬਾੜੀ ਅਧਿਕਾਰੀ ਹਨ, ਸਾਡੇ ਸੰਗਤਾਂ ਵਿੱਚ ਹਾਜ਼ਰ ਹਨ। ਹਾਂ ਜੀ, ਇੱਧਰ ਧਿਆਨ ਦਿਓ, ਸਿਗਾਰਾ ਸਿੰਘ, ਚਲੋ ਠੀਕ ਹੈ, ਇੱਧਰ ਆਇਓ ਮਾੜਾ ਜਿਹਾ, ਖੱਬੇ ਹੱਥ, ਖੱਬੇ ਹੱਥ ਹੋ ਜਾਓ, ਇੱਧਰ ਕਵਰ ਕਰਕੇ, ਹਾਂ ਵੀ ਉਹ ਸੈਟਿੰਗ ਹੋ ਜਾਏਗੀ ਸਹੀ। ਹਾਂ ਹਾਂ, ਵਾਹਿਗੁਰੂ ਜੀ, ਠੀਕ ਹੈ ਜੀ, ਧੰਨਵਾਦ। ਬੇਨਤੀ ਹੈ ਡਾਕਟਰ ਸਾਹਿਬ ਸਰਦਾਰ ਸੰਪੂਰਨ ਸਿੰਘ ਜੀ ਰਿਟਾਇਰਡ ਖੇਤੀਬਾੜੀ ਅਧਿਕਾਰੀ ਦੇ ਸਕੱਤਰ ਹਨ, ਬੋਲੇ ਕੁਝ ਸੰਗਤਾਂ ਚਾਨੀਆਂ ਤੋਂ ਸੁਖਸ਼ੀਤਾਂ ਪੁੱਜੀਆਂ ਹਨ। ਸਰਦਾਰ ਸਰਦਾਰ ਚਰਨ ਸਿੰਘ ਜੀ, ਉਹਨਾਂ ਦਾ ਸਨਮਾਨ ਕੀਤਾ ਗਿਆ ਹੈ। ਗਿਆਨੀ ਚਰਨ ਸਿੰਘ ਜੀ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ, ਮੇਰੇ ਵੀਰ ਜੀ ਆ ਰਹੇ ਹਨ, ਸਾਡੇ ਬਜ਼ੁਰਗ ਹਾਂਜੀ, ਸਰਦਾਰ ਸਵਰਨ ਸਿੰਘ ਜੀ ਚਾਨੀਆ, ਸਰਦਾਰ ਰਣ ਸਿੰਘ ਜੀ ਚਾਨੀਆ, ਬੋਲੇ ਸੋਨਿਹਾਲ, ਸਰਦਾਰ ਬਲਵਿੰਦਰ ਸਿੰਘ ਜੀ ਡਾਕਟਰ ਨੰਗਲ ਖੇੜਾ। ਹਾਂ ਜੀ, ਧਿਆਨ ਦਿਓ ਜੀ ਬਾਬਾ ਜੀ, ਸਰਦਾਰ ਰਹੇ ਹਨ, ਬੋਲੇ ਸੋਨਿਹਾਲ। ਹਾਂ ਜੀ, ਅੱਛਾ ਇਹ ਵੀ ਗੱਲ ਠੀਕ, ਸ੍ਰੀ ਸੋਮਨਾਥ ਜੀ ਗੁੜਾ, ਕੀ ਨਾਂ ਆ, ਕੀ ਨਾਂ, ਨਾਂ ਦੱਸੋ, ਅੱਛਾ ਦਰਸ਼ਨ, ਹਾਂ ਕੀ ਕਰਾਉਣੇ, ਬੋਲੇ ਸੋਨਿਹਾਲ। ਹੁਣ ਗਿੱਲ ਜੀ, ਉਹਨਾਂ ਦੇ ਪਿਤਾ ਜੀ ਸਰਦਾਰ ਹਰਦੀਪ ਸਿੰਘ ਗਿੱਲ ਜੋ ਕਿ ਸਰਦਾਰ ਕਿਸ਼ਨ ਸਿੰਘ ਜੀ ਹੋਰਾਂ ਦੇ ਸਾਥੀ ਰਹੇ ਹਨ, ਦਇਆ ਸਿੰਘ ਜੀ ਦਿਲਬਰ ਦੇ ਨਾਲ ਉਹਨਾਂ ਨੇ ਬਹੁਤ ਲੰਬਾ ਸਮਾਂ ਸੇਵਾ ਕੀਤੀ ਹੈ, ਸਰਦਾਰ ਹਰਦੀਪ ਸਿੰਘ ਜੀ ਗਿੱਲ, ਉਹਨਾਂ ਨੂੰ ਵੀ ਬੇਨਤੀ ਹੈ ਕਿ ਸਤਿਗੁਰਾਂ ਦਾ ਸਨਮਾਨ, ਸਤਿਗੁਰਾਂ ਦੀ ਬਖਸ਼ਿਸ਼ ਰੂਪਾ ਦੀ ਆ ਕੇ ਪ੍ਰਾਪਤੀ ਕਰਨ, ਸਰਦਾਰ ਹਰਦੀਪ ਸਿੰਘ ਜੀ ਗਿੱਲ, ਬੋਲੇ ਜਕਾਰੇ ਦਾ ਜਵਾਬ ਜਕਾਰੇ 'ਚ ਦਿੰਦੇ ਜਾਓ। ਹਾਂਜੀ ਹਾਂਜੀ, ਸਰਦਾਰ ਹਰਪਾਲ ਸਿੰਘ ਜੀ ਸੰਧੂ ਜੋ ਕਿ ਅੱਜ ਕੱਲ੍ਹ ਉੱਤਰ ਪ੍ਰਦੇਸ਼ ਦੇ ਵਿੱਚ ਰਹਿੰਦੇ ਹਨ, ਉਹ ਵੀ ਪੁੱਜੇ ਹਨ, ਕਿਸ਼ਨ ਸਿੰਘ ਜੀ ਦੇ ਸਾਥੀ ਹਨ, ਬੋਲੇ ਸੋਨਿਹਾਲ। ਇੱਕ ਸ਼ਖਸੀਅਤ ਸਾਡੇ ਕੋਲ ਹੋਰ ਹੈ ਬੈਠੇ, ਸਰਦਾਰ ਅਮਰ ਸਿੰਘ ਜੀ ਸ਼ੌਂਕੀ ਦੇ ਸਾਥੀ ਰਹੇ ਹਨ ਤੇ ਪ੍ਰਸਿੱਧ ਢਾਡੀ, ਬੋਲੇ ਸੋਨਿਹਾਲ। ਅੱਜ ਜਿੱਥੇ ਇਹਨਾਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ ਹੈ, ਇਸ ਤਰ੍ਹਾਂ
गुरु सत गुरु संग की रे हम खापे नीचा गा माता माता रे सो सो नीता माता गा रे सा नीचा गा माता नीचा गा माता खोपड़ी उतारते
ਦੇ ਚਰਨਾਂ ਵਿੱਚ ਜੁੜ ਬੈਠੇ ਸਾਹੂ ਮਾਈ ਭਾਈ ਜਿਨ੍ਹਾਂ ਨੂੰ ਸਤਿਗੁਰ ਪਾਤਸ਼ਾਹ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣਨ ਦਾ ਸੁਭਾਗ ਹਾਸਲ ਹੋਇਆ ਤਰਤਾ ਦੇ ਯੋਗ ਉਹ ਸਾਹਿਬ ਦੇ ਚਰਨਾਂ ਵਿੱਚ ਬੈਠ ਕੇ ਵੈਕੁੰਠ ਧਾਮ ਦੀਆਂ ਹਾਜ਼ਰੀਆਂ ਭਰ ਰਹੇ ਹੋ ਸਤ ਸੰਗਤ ਦੀ ਪਾਵਨ ਪਵਿੱਤਰ ਉੱਤਮ ਤੇ ਅਮੁੱਲ ਘੜੀ ਤੋਂ ਲਾਹਾ ਲੈ ਰਹੇ ਹੋ ਅਜਾਈ ਜਾਂਦੇ ਸਮੇਂ ਨੂੰ ਲੇਖੇ ਵਿੱਚ ਲਵਾ ਰਹੇ ਹੋ ਆਓ ਅਦਬ ਸਹਿਤ ਸਾਹਿਬ ਦੇ ਚਰਨਾਂ ਦੇ ਸੀ ਝੁਕਾ ਕਰਕੇ ਫਤਿਹ ਦੀ ਸੰਗ ਨੂੰ ਬਰਕਰਾਰ ਰੱਖਦੇ ਹਾਂ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਮਹਾਨ ਸਮਾਗਮ ਢਾਡੀ ਦਰਬਾਰ ਪੰਜਾਬ ਦੀ ਕੋਇਲ ਮਹਾਨ ਉੱਤਮ ਢਾਡੀ ਯਾਨੀ ਕਿਸ਼ਨ ਸਿੰਘ ਜੀ ਮਹਿੰਦਪੁਰ ਵਾਲੇ ਉਹਨਾਂ ਨੂੰ ਸਮਰਪਿਤ ਉਹਨਾਂ ਦੀ ਯਾਦ ਵਿੱਚ ਕੀਤਾ ਜਾ ਰਿਹਾ ਮੇਰੇ ਤੋਂ ਪਹਿਲਾਂ ਕੌਮ ਦੇ ਮਹਾਨ ਉੱਤਮ ਢਾਡੀ ਆਪ ਜੀ ਨਾਲ ਵਿਚਾਰਾਂ ਸਾਂਝੀਆਂ ਕਰਕੇ ਗਏ ਸੋ ਕੁਝ ਕੁ ਸਮਾਂ ਢਾਡੀ ਜਥੇ ਸਮੇਤ ਹਾਜ਼ਰੀ ਭਰ ਰਿਹਾ ਹੈ ਯਾਨੀ ਕਿਸ਼ਨ ਸਿੰਘ ਜੀ ਆਪਣੀ ਆਵਾਜ਼ ਵਿੱਚ ਆਪਣੀ ਅਦਾਕਾਰੀ ਵਿੱਚ ਆਪਣੀ ਰਾਗ ਵਿਦਿਆ ਵਿੱਚ ਇੱਕ ਮਹਾਨ ਵਿਲੱਖਣਤਾ ਭਰੇ ਮਨੁੱਖ ਸਨ ਹਰ ਬੰਦੇ ਦੀ ਉੱਥੋਂ ਤੱਕ ਪਹੁੰਚ ਨਹੀਂ ਹੋ ਸਕਦੀ ਰਾਗੀ ਰਾਗ ਵਿਦਿਆ ਕਰਕੇ ਮਹਾਨ ਹੋ ਸਕਦਾ ਹੈ ਜੇ ਗਲਾ ਸਾਥ ਨਾ ਦੇਵੇ ਰਾਗ ਕਿਸੇ ਕੰਮ ਨਹੀਂ ਉਸੇ ਮਨੁੱਖ ਦਾ ਰਾਗ ਸੰਸਾਰ ਪ੍ਰਸਿੱਧ ਹੁੰਦਾ ਹੈ ਜਿਹਦਾ ਵੀ ਕੰਠ ਨਾਲ ਕੰਮ ਪੂਰਾ ਕਰਦਾ ਹੋਵੇ ਰਾਗ ਜਿੰਨੇ ਮਰਜ਼ੀ ਜਾਣਦਾ ਹੋਵੇ ਜੇ ਗਲਾ ਕੰਮ ਨਾ ਕਰਦਾ ਹੋਵੇ ਸਜਣੋ ਰਾਗਾਂ ਨੂੰ ਉੱਲੀ ਲੱਗ ਜਾਂਦੀ ਸੀ ਸਿੱਧੇ ਸਾਕੇ ਪੌੜੀਆਂ ਕਰੀਆਂ ਵਾਲਾ ਝੁਰਕਾ ਗਾ ਲੈਣੀਆਂ ਇੱਕ ਅਲੱਗ ਗੱਲ ਹੈ ਉਹਨਾਂ ਸਾਰਿਆਂ ਨੂੰ ਕਲਾਸੀਕਲ ਰਾਗ ਵਿੱਚ ਫਿੱਟ ਕਰਕੇ ਗਾਣਾ ਇਹ ਹਰ ਬੰਦੇ ਦੇ ਵਸ ਦਾ ਰੋਗ ਨਹੀਂ ਇਹ ਕੇਵਲ ਕਿਸ਼ਨ ਸਿੰਘ ਜੀ ਜਾਣਦਾ ਸੀ ਉਹਨਾਂ ਦੇ ਸਾਥੀ ਰਹੇ ਜਿੰਨੇ ਵੀ ਉਹਨਾਂ ਦੇ ਨਾਲ ਗਾਦੇ ਰਹੇ ਹੈ ਜਿਹਨਾਂ ਵਿੱਚੋਂ ਕੁਝ ਮੌਜੂਦ ਹਨ ਮੇਰੇ ਸਾਥੀ ਭਾਈ ਕੁਲਦੀਪ ਸਿੰਘ ਜੀ ਇਹਨਾਂ ਨੇ ਉਹਨਾਂ ਦੇ ਨਾਲ ਬਹੁਤ ਸਮਾਂ ਗੁਜ਼ਾਰਿਆ 30-35 ਸਾਲ ਯਾਨੀ ਦਇਆ ਸਿੰਘ ਜੀ ਦਿਲਵਰ ਦੇ ਢਾਡੀ ਜਥੇ ਨਾਲ ਦੇਸ਼ਾਂ ਪ੍ਰਦੇਸ਼ਾਂ ਵਿੱਚ ਬਹੁਤ ਨਾਵਾਂ ਖੱਟਿਆ ਹੈ ਸੋ ਇਹਨਾਂ ਦੀ ਜਵਾਨੀ ਕਹਿਣਾ ਹੈ ਕਿ ਕੇਵਲ 5-7 ਰਾਗ ਤਾਂ ਮੈਂ ਜਾਣਦਾ ਸੀ ਬਾਕੀ ਜੋ ਕੁਝ ਮੈਂ ਸਿੱਖਿਆ ਉਹਨਾਂ ਦੇ ਨਾਲ ਰਹਿੰਦਿਆਂ ਰਾਗ ਵਿਦਿਆ ਨੂੰ ਜੇ ਕੁਝ ਟੋਹ ਕੀਤੀ ਤਾਂ ਉਹਨਾਂ ਦੀ ਬਦੌਲਤ ਹੈ ਅੱਜ ਜੋ ਵੀ ਰਾਗ ਕਰਕੇ ਮੈਂ ਪ੍ਰਸਿੱਧ ਹਾਂ ਜਾਂ ਜਾਣਦਾ ਹਾਂ ਇਹ ਕੇਵਲ ਉਹਨਾਂ ਦੀ ਦੇਣ ਹੈ ਮੈਨੂੰ ਪ੍ਰਸਿੱਧ ਕਵੀ ਜੇ ਆਪਣੀ ਕਲਮ ਦੇ ਨਾਲ ਸਿਰਾਂ ਦੀ ਤਰਜਮਾਨੀ ਕਰਦੇ ਹਾਂ ਚੰਦ ਕੁਲੈਨਾ ਲਿਖੀਆਂ ਉਹ ਕਹਿੰਦਾ ਬਈ ਧੜਿਆ ਗਿਆ ਏ ਬੁੱਤ ਕੁਰਬਾਨੀਆਂ ਦਾ ਘੜਿਆ ਗਿਆ ਏ ਬੁੱਤ ਕੁਰਬਾਨੀਆਂ ਦਾ ਹੱਥ ਫੜ ਸ਼ਮਸ਼ੀਰ ਤੇ ਲੜੇ ਧਰਮ ਖਾਤਰ ਹਰਜੁਲ ਰੋਗੇ ਚਦੀਮਾਂ ਦੇ ਪੂੰਝਣੇ ਲਈ ਇਹ ਪਦਾਰਥ ਚੜੇ ਇਹ ਧਰਮ ਖਾਤਰ ਉਜੜ ਜਾ ਤੇ ਉਜੜੇ ਬਸ ਪੈਂਦੇ ਪੱਟੀ ਸਿਰਕ ਦੀ ਪੜੇ ਇਹ ਧਰਮ ਖਾਤਰ ਕੋਲੇ ਹੱਡੀਆਂ ਦੇ ਪਿੱਛੋਂ ਜਹਾਨ ਪੂਜੇ ਪਹਿਲਾਂ ਅੱਗ ਵਿੱਚ ਸੜੇ ਇਹ ਧਰਮ ਖਾਤਰ ਖਬੀ ਖਾਨਾ ਦੇ ਮੂੰਹ ਬਹਾਦਰ ਸਦਾ ਤੀਰ ਕਰਦਾ ਜਦੋਂ ਧਰਮ ਖਾਤਰ ਨਿਸ਼ਚਲ ਸਿੰਘ ਦੇ ਵਿੱਚ ਖੁਰਪੀਆਂ ਨੇ ਜੰਮਦਾ ਭਲੇ ਖਾਤਰ ਮਰਦਾ ਧਰਮ ਖਾਤਰ ਧਰਮ ਦੀ ਆਨ ਤੇ ਸ਼ਾਨ ਬਦਲੇ ਮਰ ਮਿਟਣਾ ਹਰ ਬੰਦੇ ਦੇ ਬਸ ਦਾ ਰੋਗ ਨਹੀਂ ਬਈ ਗਰੀ ਗੁਰਦਾਸ ਲੰਗਰ ਦੋਈ ਚਾਂਦੀ ਹਵੇਲੀ ਵਿੱਚ ਸਿੰਘ ਘੇਰੇ ਵਿੱਚ ਆਏ ਹੋਏ ਆ ਬਾਦਸ਼ਾਹ ਫਸੀਅਤ ਦੇ ਕਹਿਣ ਤੇ 5 ਅਪ੍ਰੈਲ 1715 ਈਸਵੀ ਨੂੰ ਸਿਰਾਂ ਨੂੰ ਘੇਰਾ ਪੈ ਗਿਆ ਭੁੱਖ ਦੇ ਤੋੜੇ ਜਿਵੇਂ ਅੰਦਰ ਦਰਦਨਾਕ ਸਿੰਘਾਂ ਤੇ ਸਿਰ ਤੇ ਬੀਤੀ ਉਸ ਵੇਲੇ ਦਾ ਸਿਰ ਕਿਸੇ ਪੰਜਾਬੀ ਦੇ ਸ਼ਹਿਰ ਨਾ ਹੈ ਐਵਾਂ
Yeah!
ਸੀ, ਉੱਥੋਂ ਦੇ ਸਾਊਥ ਹਾਲ ਲੰਡਨ ਦੇ ਹੈੱਡ ਗ੍ਰੰਥੀ ਸਾਹਿਬ ਅਤੇ ਹੋਰ ਸਾਰੇ ਪਤਵੰਤ ਸੱਜਣ ਭਾਈ ਸਤਨਾਮ ਸਿੰਘ ਜੀ ਜੁਰਕੇ ਵਾਲੇ, ਹੋਰ ਸਾਰੇ ਸੱਜਣ ਜਿੰਨੇ ਵੀ ਉੱਥੋਂ ਆਏ, ਸਾਡੇ ਮਹਾਨ ਢਾਡੀ ਗਿਆਨੀ ਕਿਸ਼ਨ ਸਿੰਘ ਜੀ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਇਹ ਸਮਾਗਮ ਰਚਿਆ। ਸਾਡੇ ਸਤਿਕਾਰਯੋਗ ਜਰਨੈਲ ਸਿੰਘ ਜੀ ਹਦੀਆਬਾਦ ਵਾਲੇ, ਜਿਹਨਾਂ ਵੱਲੋਂ 50 ਰੁਪਏ ਮੇਰੇ ਸਾਥੀ ਭਾਈ ਕੁਲਦੀਪ ਸਿੰਘ ਜੀ ਹੋਰਾਂ ਨੂੰ ਬਤੌਰ ਇਨਾਮ ਭੇਜੇ ਆ। ਮੈਂ ਧੰਨਵਾਦੀ ਹਾਂ ਵੀਰ ਜੀ ਦਾ ਜਿਹਨਾਂ ਨੇ ਮਾਣ ਬਖਸ਼ਿਆ। ਸਤਿਕਾਰਯੋਗ ਸਾਡੇ ਨੰਬਰਦਾਰ ਸਾਹਿਬ ਭੁੱਲਾ ਰਾਈ ਵਾਲੇ ਭਾਈ ਬਲਜੀਤ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਗਾਏ ਵਗਾਏ ਬਲਜੀਤ ਸਿੰਘ ਜੀ ਲੰਬੜਦਾਰ ਸਾਹਿਬ ਜਿਹੜੇ ਬੇਅੰਤ ਮਾਣ ਬਖਸ਼ਦੇ ਆ। 15 ਈਸਵੀ ਨੂੰ ਘੇਰਾ ਪਿਆ, ਤਕਰੀਬ 8 ਮਹੀਨੇ ਲਗਾਤਾਰ ਘੇਰਾ ਪੈਣ ਦੇ ਬਾਵਜੂਦ ਅੰਦਰ ਪੱਠੇ ਮੁੱਕ ਗਏ, ਰਾਸ਼ਨ ਮੁੱਕ ਗਿਆ, ਬਹੁਤ ਸਾਰਾ ਸਾਜੋ ਸਮਾਨ ਖਤਮ ਹੋ ਗਿਆ, ਭੁੱਖ ਦੇ ਤੋੜੇ ਉੱਥੇ ਵਕਤ ਗੁਜ਼ਾਰਨਾ ਸਿੰਘਾਂ ਵਾਸਤੇ ਔਖਾ ਹੋ ਗਿਆ। ਇੱਧਰ ਬਾਦਸ਼ਾਹ ਫਰਕਸ਼ੀਆ ਵੱਲੋਂ ਦਿੱਲੀ ਤੋਂ ਹਰ ਰੋਜ਼ ਪੈਗਾਮ ਆਉਂਦਾ, ਜਿਸ ਤਰੀਕੇ ਨਾਲ ਜਿਵੇਂ ਵੀ ਹੋ ਸਕਦਾ ਇਸ ਕਿਲੇ ਤੇ ਕਾਬੂ ਕਰੋ, ਬੰਦਾ ਸਿੰਘ ਬਹਾਦਰ ਨੂੰ ਕੈਦ ਕਰਕੇ ਮੇਰੇ ਸਾਹਮਣੇ ਪੇਸ਼ ਕੀਤਾ ਜਾਵੇ, ਜੋ ਵੀ ਢੰਗ ਵਰਤਣਾ ਪਵੇ, ਜੋ ਵੀ ਕਰਨਾ ਪਵੇ ਕਰਕੇ ਉਹਨੂੰ ਪਕੜ ਕੇ ਮੇਰੇ ਦਰਵਾਜ਼ੇ ਤੇ ਪੇਸ਼ ਕਰੋ। ਬਈ 8 ਮਹੀਨੇ ਤੋਂ ਬਾਅਦ ਇਹਨਾਂ ਸਾਰਿਆਂ ਨੇ ਜਦ ਚਲੇ ਇਹਨਾਂ ਫਤਿਹ ਹੁੰਦੇ ਨਾਲ ਵੇਖਿਆ, ਇੱਕ ਚਿੱਠੀ ਲਿਖ ਕੇ ਕੁਝ ਪਿੰਡਾਂ ਸਾਹਿਬ ਆਪਣਾ ਇੱਕ ਅਹਿਲਕਾਰ ਅੰਦਰ ਭੇਜਿਆ। ਇਹ ਚਿੱਠੀ ਦਾ ਮਜ਼ਮੂਨ ਸੀ, ਇਸ ਕਿਲ੍ਹੇ ਨੂੰ ਖਾਲੀ ਕਰ ਦਿਓ, ਕੁਰਾਨ ਦੀ ਕਸਮ ਖਾ ਕੇ ਕਹਿੰਦੇ ਸਾਡਾ ਕੋਈ ਵੀ ਸਿਪਾਹੀ ਸਾਡੇ ਤੇ ਹੱਥ ਨਹੀਂ ਉਠਾਏਗਾ, ਆਪਣੀ ਮਰਜ਼ੀ ਅਨੁਸਾਰ ਜਿੱਥੇ ਜੀਵਨ ਜਿਉਣਾ ਚਾਹੋ ਆਜ਼ਾਦੀ ਨਾਲ ਜੀ ਸਕਦੇ ਹੈ, ਸਰਕਾਰ ਵੱਲੋਂ ਤੁਹਾਨੂੰ ਜਗੀਰ ਦਿੱਤੀ ਜਾਵੇਗੀ ਗੁਜ਼ਾਰੇ ਵਾਸਤੇ, ਰਹਿਣ ਦੇ ਲਈ ਖਾਣ ਪੀਣ ਵਾਸਤੇ ਸਰਕਾਰ ਵੱਲੋਂ ਤੁਹਾਡਾ ਪ੍ਰਬੰਧ ਕੀਤਾ ਜਾਵੇਗਾ, ਇਹ ਕਿਲ੍ਹਾ ਖਾਲੀ ਕਰ ਦਿਓ। ਸਿੰਘ ਮਰਦੇ ਭਾਵੇਂ ਮਰ ਜਾਂਦੇ, ਜਿਹੜਾ ਕਦੇ ਖਾਲੀ ਨਾ ਕਰਦੇ, ਜੇ ਧਰਮ ਦਾ ਵਾਸਤਾ ਪਾ ਕੇ ਬਾਦਸ਼ਾਹ ਵੱਲੋਂ ਇਹ ਬੇਨਤੀ ਨਾ ਕੀਤੀ ਹੁੰਦੀ, ਕੁਰਾਨ ਦੀ ਕਸਮ ਖਾ ਕੇ ਕਹਿੰਦੇ ਕਿਲ੍ਹਾ ਖਾਲੀ ਕਰ ਦਿਓ, ਮੇਰਾ ਕੋਈ ਸਿਪਾਹੀ ਤੁਹਾਡੇ ਤੇ ਹੱਥ ਨਹੀਂ ਉਠਾਵੇਗਾ। ਸਿੰਘਾਂ ਨੇ ਜਦੋਂ ਇਸ ਕਿਲ੍ਹੇ ਦਾ ਬੂਹਾ ਖੋਲਿਆ 17 ਦਸੰਬਰ 1700 ਈਸਵੀ ਨੂੰ, ਸਰਕਾਰ ਦੇ ਤੁਰਾਨੀ ਸਿਪਾਹੀ ਜਿਹੜੇ ਸਿੰਘਾਂ ਦੇ ਨਾਮ ਤੋਂ ਵੀ ਡਰਦੇ ਸੀ, ਧੂਖੇ ਤਲਵਾਰਾਂ ਇਹਨਾਂ ਦੇ ਟੁੱਟ ਕੇ ਪੈ ਗਏ, ਪਰ ਕਤਲੇ ਆਮ ਬੱਚਿਆ ਹਜ਼ਾਰਾਂ ਦੀ ਤਾਦਾਦ ਵਿੱਚ ਸਿੰਘ ਕਤਲ ਕੀਤੇ ਗਏ, 300 ਦੇ ਕਰੀਬ ਧਰਤੀ ਤੇ ਲਟਾ ਕੇ ਕਤਲ ਕੀਤੇ ਗਏ, 200 ਦੇ ਕਰੀਬ ਬੰਦੀ ਬਣਾ ਕੇ 26 ਸਰਦਾਰਾਂ ਸਮੇਤ ਬੰਦਾ ਸਿੰਘ ਬਹਾਦਰ ਪਿੰਜਰੇ ਲੋਹੇ ਦੇ ਵਿੱਚ ਬੰਦ ਕਰਕੇ, ਲੱਕ ਨੂੰ ਵੱਡਾ ਸੈਂਗਲ, ਬਈ ਪੈਰਾਂ ਨੂੰ ਬੇੜੀਆਂ, ਹੱਥਾਂ ਨੂੰ ਤਲੀਆਂ ਮਾਰ ਕੇ ਇਹ ਜਲੂਸ ਦੀ ਸ਼ਕਲ ਵਿੱਚ 3000 ਦੇ ਕਰੀਬ ਲੇਜਿਆਂ ਤੇ ਸਿਰ ਟੰਗ ਕੇ ਲਾਹੌਰ ਵੱਲ ਇਹ ਜਲੂਸ ਲਾ ਰਿਹਾ ਹੈ। ਆਖਰ ਬਾਦਸ਼ਾਹ ਫਰਕਸ਼ੀਆ ਤੋਂ ਆ ਗਿਆ ਲੈ ਕੇ, ਇਹਨਾਂ ਨੂੰ ਦਿੱਲੀ ਦਰਬਾਰ ਵਿਖੇ
ਆਲਮ ਹੋਇਆ, ਬਾਦਸ਼ਾਹ ਵੱਲੋਂ ਆਲਮ ਹੋਇਆ, ਇਲਾਕੇ ਦੀ ਰਹਿਨਮਾਈ ਕਰਨ ਵਾਸਤੇ ਅੱਜ ਸਮੁੰਦ ਖਾਨ ਰਹੇ, ਇਹ ਤਾਂ ਲੜਕਾ ਜਦਰੀਆ ਖਾਨ ਲੈ ਕੇ ਇਹਨਾਂ ਨੂੰ ਦਲਿਤ ਰਾਜ ਪੇਸ਼ ਹੋਵੇ। ਭਾਈ ਜਦਰੀਆ ਖਾਨ ਜਦੋਂ ਲੈ ਕੇ ਇਹਨਾਂ ਨੂੰ ਲਾਹੌਰ ਤੋਂ ਬਾਹਰ ਨਿਕਲਿਆ, ਪਿੱਛੇ ਪਰਤ ਕੇ ਮੂੰਹ ਕਰਕੇ ਦੇਖਿਆ, ਦੋ ਸਿੰਘ 200 ਸਿੰਘਾਂ ਦਾ ਜਥਾ, ਸੋਚਣ ਲੱਗਾ ਜਿਵੇਂ ਸਰਕਾਰ ਦੇ ਦਰਬਾਰ ਵਿੱਚ ਜਾ ਕੇ ਪੇਸ਼ ਕੀਤੇ, ਸਰਕਾਰ ਲਾਹਤਾ ਪਾਵੇਗੀ, ਪਰ 200 ਦੀ ਖਾਤਰ 8ਵੀਂ ਨੇ ਘੇਰਾ ਪਾ ਰੱਖਿਆ। ਬੜੀ ਸ਼ਰਮ ਵਾਲੀ ਗੱਲ ਹੋ ਗਈ। ਭਾਈ ਜਕਰੀਆ ਖਾਨ ਨੇ ਲਾਹੌਰ ਤੋਂ ਨਿਕਲਿਆ ਸਾਰ, ਆਪਣੇ ਸਿਪਾਹੀਆਂ ਨੂੰ ਕੀਤਾ ਐਲਾਨ, ਇਲਾਕੇ ਵਿੱਚ ਜਿਹੜਾ ਸਿੰਘ ਬੱਚਾ ਕੋਈ ਮਿਲਦਾ ਉਹਦਾ ਕਤਲ ਕੀਤਾ ਜਾਵੇ, ਇਸਲਾਮ ਕਬੂਲ ਹੈ ਛੱਡ ਦੇਣਾ, ਨਹੀਂ ਤਾਂ ਬੰਦੀ ਖਾਨੇ ਵਿੱਚ ਕੈਦ ਕਰ ਲੈਣਾ। ਭਾਈ ਜਕਰੀਆ ਖਾਨ ਦੀਆਂ ਫੌਜਾਂ ਨੇ ਜਿਵੇਂ ਪੰਜਾਬ ਦੀ ਧਰਤੀ ਤੇ ਕਤਲੇ ਆਮ ਵਿੱਚ ਆਇਆ, ਉਸ ਵੇਲੇ ਦਾ ਦਰਦਨਾਕ ਸਿਰ ਕਿਸੇ ਪੰਜਾਬੀ ਦੇ ਸ਼ਹਿਰ ਨਾ ਹੈ।
ਸਾਧ ਸੰਗਤ ਜੀ ਸਮੇਂ ਦੀ ਮਜਬੂਰੀ ਹੈ, ਅੱਗੇ ਨਾ ਜਾਂਦਾ ਹੋਇਆ ਇੱਥੇ ਸਮਾਪਤੀ ਹੈ। ਧੰਨਵਾਦੀ ਹਾਂ ਸਮੂਹ ਸਿੱਖ ਸੰਗਤਾਂ ਦੇ ਜਿਨ੍ਹਾਂ ਨੇ ਬੇਅੰਤ ਪਿਆਰ ਦੇ ਕੇ ਨਵਾਜਿਆ, ਬੇਅੰਤ ਮਾਂ ਦੇ ਕੇ ਨਵਾਜਿਆ। ਯੋਗ ਨਿਵਾਸੀ ਸਮੂਹ ਸਿੱਖ ਸੰਗਤਾਂ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਹਾਂ। ਵੀਰ ਬਲਵਿੰਦਰ ਸਿੰਘ ਜੀ ਕੋਟਲਾ ਨਾਥ ਸਿੰਘ ਵਾਲੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਜੋ ਨਾਮ ਬਾਟ ਢਾਡੇ ਹਨ, ਇਹਨਾਂ ਦੇ ਸ਼ਗਿਰਦ ਵੀ ਹਨ। ਯਾਨੀ ਕ੍ਰਿਸ਼ਨ ਸਿੰਘ ਹੋਰਾਂ ਦੇ ਸ਼ਗਿਰਦ ਵੀ ਹਨ। ਉਹ ਯਾਨੀ ਜਰਨੈਲ ਸਿੰਘ ਜੀ ਜੋ ਕਿ ਨਿਵਾਸੀ ਹੈਦਰਾਬਾਦ ਵਾਲੇ, ਉਹਨਾਂ ਵੱਲੋਂ ਵੀ ਹੋਰ ਬੇਅੰਤ ਨਾ ਦੇ ਕੇ ਮੇਰੇ ਸਾਥੀ ਭਾਈ ਕਲੀਰ ਸਿੰਘ ਹੋਰਾਂ ਨੂੰ ਬਤੌਰ ਇਨਾਮ ਭੇਜਿਆ। ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਜੋ ਪਿਆਰ ਆਇਆ ਭਾਈ ਸਰਕਾਰ ਜੋ ਜਾਰੀ ਅਜੀਤ ਸਿੰਘ ਜੀ ਮਹਿਤਪੁਰ ਵਾਲਿਆਂ ਵੱਲੋਂ ਵੀ ਬਹੁਤ ਇਨਾਮ ਭੇਜਿਆ ਸਾਰੀਆਂ ਸੰਗਤਾਂ ਦਾ ਜਿਹਨਾਂ ਜਿਹਨਾਂ ਨੇ ਮਾਣ ਬਖਸ਼ਿਆ, ਬਹੁਤ ਬਹੁਤ ਧੰਨਵਾਦ ਦੀ ਹਾਂ। ਜ਼ਿੰਦਗੀ ਦੇ ਆਖਰੀ ਕੁਝ ਪਲ ਕੁਝ ਸਮਾਂ ਜਾਰੀ ਕ੍ਰਿਸ਼ਨ ਸਿੰਘ ਹੋਰਾਂ ਨੇ ਮੇਰੇ ਢਾਡ ਜਥਿਆਂ ਨਾਲ ਗੁਜ਼ਾਰਿਆ। ਇਹ ਦੋਨੋਂ ਪਿਓ ਪੁੱਤਰ ਮੇਰੇ ਨਾਲੇ ਸਨ ਜਿਸ ਦਿਨ ਉਹਨਾਂ ਨੇ ਇਹ ਕਾਂਡ ਵਰਤਿਆ। ਉਸ ਦਿਨ ਪ੍ਰੋਗਰਾਮ ਸੀ ਤੇ ਭਾਈ ਸੁਖਦੇਵ ਸਿੰਘ ਜੀ ਖੜਾ ਦੀ ਸੁਰੰਗੀ ਮਾਟਰ ਮੇਰੇ ਨਾਲ ਸਨ। ਗੜੀ ਕਾਨੂੰ ਗੋਆ ਪ੍ਰੋਗਰਾਮ ਸੀ, ਜਦੋਂ 11 ਵੱਜ ਗਏ ਸਾਰੇ ਨਾ ਪਹੁੰਚੇ, ਫਿਰ ਅਚਾਨਕ ਖਬਰ ਮਿਲੀ ਤੇ ਉਹਦਾ ਰਾਤ ਕਾਂਡ ਏਦਾਂ ਹੋ ਗਿਆ। ਆਖਰੀ ਪ੍ਰੋਗਰਾਮ ਪਿੰਡ ਬਹੁਰਾ ਬੜਾ ਚਾਰ ਦੇ ਨਜ਼ਦੀਕ ਪੈਂਦਾ, ਉੱਥੇ ਮੇਰੇ ਨਾਲ ਆਇਆ ਸੀ। ਉਹ ਤੋਂ ਬਾਅਦ ਅਗਲਾ ਪ੍ਰੋਗਰਾਮ ਗੜੀ ਕਾਨੂੰ ਗੋਆ ਦਾ ਸੀ, ਉੱਥੇ ਨਹੀਂ ਉਹ ਪਹੁੰਚ ਸਕੇ। ਸੋ ਸਾਰੇ ਪਰਿਵਾਰ ਨੂੰ ਬੜੀ ਦੁਖਦਾਈ ਘਟਨਾ, ਜਿੱਥੇ ਉੱਥੇ ਢਾਡੀ ਸ਼੍ਰੇਣੀ ਵਿੱਚ ਇਹ ਮਹਾਨ ਇੱਕ ਵੱਡੀ ਘਾਟ ਹੈ ਜਿਹੜੀ ਪਈ ਹੈ, ਕਦੀ ਪੂਰੀ ਨਹੀਂ ਹੋ ਸਕਦੀ। ਮਹਾਰਾਜ ਜਿਸ ਦੇ ਕਿਰਪਾ ਕਰੇ ਇਹਨਾਂ ਗੁਰ ਸੁਰ ਵਿੱਚ ਹੋ ਕਰਕੇ ਕੋਈ ਬਲੰਦ ਆਵਾਜ਼ ਵਿੱਚ ਆਉਣ ਵਾਲੇ ਸਮੇਂ 'ਚ ਕੋਈ ਆਵੇ, ਨਿਤਰੇ ਕੋਈ ਪੈਦਾ ਹੋਵੇ, ਵੱਖਰੀ ਗੱਲ ਹੈ। ਹਜੇ ਪ੍ਰਚਾਰਕ ਸਨ ਸਰਦਾਰ ਸੋਹਣ ਸਿੰਘ ਜੀ ਸੇਵਕ, ਉਹਨਾਂ ਦੇ ਨਾਲ ਬਲਵੀਰ ਸਿੰਘ ਜੀ ਜਾਟਲਾ, ਸੰਗੀ ਮਾਸਟਰ ਸੁਖਦੇਵ ਸਿੰਘ ਜੀ ਬਣਾਉਂਦੀ ਅਤੇ ਸਰਦਾਰ ਕੁਲਦੀਪ ਸਿੰਘ ਜੀ ਭੂਲੇਵਾਲ। ਸਮੁੱਚੇ ਰੂਪ ਦੇ ਵਿੱਚ ਜਥੇ ਦੇ ਸਾਰੇ ਮੈਂਬਰ ਹਾਜ਼ਰ ਹਨ, ਸਨਮਾਨਿਤ ਕੀਤੇ ਗਏ ਹਨ। ਬੋਲੇ ਵੱਡੇ ਸਮਾਗਮ ਕਰਵਾਉਂਦੇ ਹਨ। ਬੋਲੇ ਜਿਸ ਦੇ ਵਿੱਚੋਂ ਗੁਰਮਤ ਦਾ ਸੁਨੇਹਾ ਸੰਗਤਾਂ ਤੱਕ ਪਹੁੰਚਦਾ ਹੁੰਦਾ ਹੈ। ਹੋਰ ਸ਼ਖਸੀਅਤਾਂ ਦੇ ਵਿੱਚ ਸਾਡੇ ਕੋਲ ਗਿਆਨੀ ਸੁਰਜੀਤ ਸਿੰਘ ਜੀ ਖਾਲਸਾ, ਸਾਬਕਾ ਗ੍ਰੰਥੀ ਇਹਨਾਂ ਸਿੰਘਾਂ ਨੇ ਉਪਰਾਲਾ ਕਰਕੇ ਢਾਡੀ ਦਰਬਾਰ ਕਰਾਇਆ ਹੈ। ਸਾਰੀਆਂ ਸਿੰਗਤਾਂ ਜਿਹੜਾ ਆਸ਼ੀਰਵਾਦ ਦਿੰਦੇ, ਜਕਾਰੇ ਦਾ ਜਵਾਬ ਜਕਾਰੇ 'ਚ ਜ਼ਰੂਰ ਦਿੰਦੇ, ਜਾਇਆ ਕਰੋ, ਮੈਂ ਯਾਦ ਕਰਾਉਂਦਾ ਹੀ ਜਾਣਾ ਕਿਉਂਕਿ ਇਹ ਬਹੁਤ ਜ਼ਰੂਰੀ ਹੁੰਦਾ ਹੈ। ਗਿਆਨੀ ਸੁਰਜੀਤ ਸਿੰਘ ਜੀ ਖਾਲਸਾ ਸੋਸਾਇਟੀ ਇੰਗਲੈਂਡ ਦੇ। ਗਿਆਨੀ ਬਲਦੇਵ ਸਿੰਘ ਜੀ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਬੋਲੇ ਸਾਡੇ ਕੋਲ ਹਾਜ਼ਰ ਹਨ ਪਿੰਡ ਜਮਸ਼ੇਰ ਤੋਂ ਸਾਡੇ ਹੁਣੇ ਢਾਡੀ ਜਥਾ ਗਿਆਨੀ ਹਰਭਜਨ ਸਿੰਘ ਜੀ ਮੁਲਾਪੁਰੀ, ਗਿਆਨੀ ਬੱਗਾ ਸਿੰਘ ਜੀ ਮਸਕੀਨ, ਜਿਹਨਾਂ ਸਿੰਘਾਂ ਦੇ ਨਾਮ ਲਏ ਹਨ। ਵਾਰੀ ਵਾਰੀ ਜਲਦੀ ਜਲਦੀ ਆਈ ਜੋ, ਉਹਨਾਂ ਸਮਾਂ ਬਚ ਜਾਏਗਾ ਆਪਣੇ ਕੋਲ। ਸਰਦਾਰ ਜੋਗਿੰਦਰ ਸਿੰਘ ਜੀ ਜੂਕੇ, ਜਿਹਨਾਂ ਨੇ ਆ ਜੋ ਆਪਾਂ ਟਰਾਫੀ ਬੱਗਾ ਸਿੰਘ ਜੀ ਮਸਕੀਨ, ਚੈਨ ਸਿੰਘ ਜੀ ਨੰਬਰਦਾਰ, ਸਰਦਾਰ ਪੂਰਨ ਜੀ, ਰਵੀਰ ਸਿੰਘ ਜੀ ਹਾਜ਼ਰ ਹਨ। ਸਰਦਾਰ ਹਰਬੰਸ ਸਿੰਘ ਜੀ ਉਹਨਾਂ ਦੇ ਪਰਿਵਾਰ ਦਾ ਸਨਮਾਨ ਲੈ ਰਹੇ ਹਨ, ਉਹਨਾਂ ਦੇ ਸਪੁੱਤਰ ਤਰਮਿੰਦਰ ਸਿੰਘ ਜੀ ਅਤੇ ਸਰਦਾਰ ਰਣਵੀਰ ਸਿੰਘ ਜੀ। ਸਨਮਾਨ ਸਤਿ ਸ਼੍ਰੀ ਅਕਾਲ।
ਜੋ ਕਾਗਜ਼ ਚਾਹੀਦੇ ਹੋਣ ਜਾਂ ਉੱਥੇ ਜਾ ਕੇ ਕੋਈ ਬੁਕਿੰਗ ਦੀ ਪ੍ਰੋਬਲਮ ਆਉਂਦੀ ਹੋਵੇ ਉਹ ਦਾਸ ਦੀ ਡਿਊਟੀ ਲੱਗੀ ਹੈ। ਧੰਨਵਾਦ ਤਾਂ ਜ਼ਿਆਦਾ ਸਭ ਤੋਂ ਹੈ ਗਿਆਨੀ ਸਤਨਾਮ ਸਿੰਘ ਜੀ, ਜੋ ਕਿ ਆਪਣੇ ਪਿੰਡ ਵੀ ਬਹੁਤ ਵੱਡੇ ਸਮਾਗਮ ਕਰਾਉਂਦੇ ਹਨ ਜਿਨ੍ਹਾਂ ਵਿੱਚ ਬੱਚੀਆਂ ਦੀਆਂ ਸ਼ਾਦੀਆਂ, ਜਿਹੜਾ ਬਹੁਤ ਵੱਡਾ ਇੱਕ ਮਹਾਨ ਕਾਰਜ ਹੈ। ਅਤੇ ਆਹ ਜਿਹੜਾ ਉਹਨਾਂ ਨੇ ਇੱਕ ਬਹੁਤ ਵੱਡਾ ਕਾਰਜ ਕੀਤਾ, ਅੱਜ ਸਰਦਾਰ ਪੂਰਨ ਸਿੰਘ ਜੀ ਚੱਠਾ ਉਹਨਾਂ ਦੇ ਨਾਲ ਬੈਠੇ ਹਨ, ਉਹਨਾਂ ਦੇ ਸਹਿਯੋਗ ਨਾਲ ਆਹ ਕਾਰਜ ਕੀਤਾ ਹੈ, ਜੋ ਕਿ ਇੱਕ ਢਾਡੀਆਂ ਦੀ ਕੋਇਲ ਨਹੀਂ ਹੈ, ਇਹ ਢਾਡੀਆਂ ਦਾ ਸ਼ੇਰ ਸੀ। ਕਿਸ਼ਨ ਸਿੰਘ ਮੁੜ ਕੇ ਪੈਦਾ ਨਹੀਂ ਹੋਊਗਾ, ਹੁਣ ਦੱਸਦੇ ਨੇ ਜੇ ਕੋਈ ਪੈਦਾ ਹੋ ਗਿਆ ਤਾਂ ਦੱਸੋ। ਉਹਨੂੰ ਪੈਦਾ ਹੋਏ ਨੂੰ ਇੰਨਾ ਚਿਰ ਹੋ ਗਿਆ ਸੀ, ਕੋਈ ਕਿਸ਼ਨ ਸਿੰਘ ਨਹੀਂ ਪੈਦਾ ਹੋਇਆ, ਕੁਲਦੀਪ ਸਿੰਘ ਨਹੀਂ ਪੈਦਾ ਹੋਏਗਾ, ਅਤੇ ਕਰਮ ਸਿੰਘ ਸੰਘੀਵਾਲ ਵੀ ਨਹੀਂ ਪੈਦਾ ਹੋਏਗਾ। ਮੈਨੂੰ ਪਤਾ ਨਹੀਂ ਉਹ ਹੈਗੇ ਕਿ ਨਹੀਂ ਹੈਗੇ। ਅਸੀਂ ਇਹਨਾਂ ਨੂੰ ਲਗਾਤਾਰ ਸੁਣਿਆ ਇਕੱਠਿਆਂ, ਜੈ ਸਿੰਘ ਜੀ ਦਿਲਵਰ ਹੋਣਾ ਦੇ ਨਾਲ ਬਹੁਤ ਜ਼ਿਆਦਾ ਸੁਣਿਆ। ਜੈ ਸਿੰਘ ਵੀ ਨਹੀਂ ਪੈਦਾ ਹੋਣਾ, ਇਹ ਵੀ ਕਹਿ ਦਿਓ। ਮੈਂ ਉਹਨਾਂ ਦੀ ਥੋੜ੍ਹੀ ਵੱਧ ਕਹਿਣ ਲੱਗਾ ਸੀ, ਪਰ ਤੁਸੀਂ ਪਹਿਲਾਂ ਮੈਨੂੰ ਕਹਿ ਦਿੱਤਾ। ਜੈ ਸਿੰਘ ਦਿਲਵਰ ਇੱਕ ਢਾਡੀਆਂ ਦੀ ਟਕਸਾਲ ਹੈ, ਮੈਨੂੰ ਹੁਣ ਪਤਾ ਲੱਗਾ ਉਹ ਢਿੱਲੇ ਨੇ। ਮੈਂ ਕੋਸ਼ਿਸ਼ ਕਰੂੰਗਾ ਕਿ ਉਹਨਾਂ ਨੂੰ ਮਿਲ ਕੇ ਜਾਵਾਂ। ਇਹਨਾਂ ਜਹਾਨ ਦੇ ਵਿੱਚ ਜਿਹੜੇ ਮਰਦ ਇੱਕ ਢਾਡੀ ਜਿਸ ਨੂੰ, ਮੈਂ ਕਿਹਾ ਵੀ ਯਾਰ ਹੁਣ ਤੁਸੀਂ ਢਾਡੀ ਰਾਗ ਤੇ ਛੱਡ ਗਏ, ਬਾਰਾਂ ਛੱਡ ਗਏ ਹੋ, ਅੱਜ ਕੱਲ੍ਹ ਤੁਸੀਂ ਗੀਤ ਗਾਉਣ ਲੱਗ ਪਏ ਹੋ, ਫੁੱਲਾਂ ਦੀ ਇਕੱਠੀ ਵਪਾਰ ਨੇ ਜਾਂ ਕੋਈ ਏਦਾਂ ਦੇ ਗੀਤਾਂ ਤੇ ਲਾ ਲਾ ਕੇ। ਉਹ ਕਹਿੰਦੇ ਗਾਈਏ ਕੀ, ਪ੍ਰਬੰਧਕ ਸਾਡੇ ਮਗਰੋਂ ਮਸਲਾਂ ਦੀ ਦਾਲ ਚੁੱਕ ਲੈਂਦੇ ਆ, ਲਸਣ ਚੁੱਕ ਲੈਂਦੇ ਆ, ਕੀ ਗਾਈਏ ਦੱਸੋ ਯਾਨੀ ਜੀ। ਮੈਂ ਕਿਹਾ ਸਾਹਪੁਰ ਦੀ ਪ੍ਰਬੰਧਕ ਕਮੇਟੀ ਜਿਸ ਨੇ ਬੜਾ ਸਹਿਯੋਗ ਦਿੱਤਾ ਹੈ, ਉਹਨਾਂ ਦੇ ਪ੍ਰਧਾਨ ਸਰਦਾਰ ਬਖਸ਼ੀਸ਼ ਸਿੰਘ ਜੀ ਅਤੇ ਸੂਬੇਦਾਰ ਹੈ, ਬੋਲੇ ਸੋ ਨਿਹਾਲ ਸਰਦਾਰ ਬਿਕਰ ਸਿੰਘ ਜੀ ਪਰਦੇਸੀ, ਬੋਲੇ ਸੋ ਨਿਹਾਲ ਸਰਦਾਰ ਹਰਬੰਸ ਸਿੰਘ ਜੀ ਪੰਡੋਰੀ ਵਾਲੇ, ਬੋਲੇ ਸੋ ਨਿਹਾਲ ਮਾਸਟਰ ਹਰਚਰਨ ਸਿੰਘ ਜੀ, ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕੁਝ ਸੋ ਨਿਹਾਲ ਅਖਬਾਰਾਂ ਵਿੱਚ ਪੜ੍ਹ ਕੇ ਹੀ ਪੁੱਜ ਜਾਣਾ, ਇਹ ਢਾਡੀ ਦਰਬਾਰ ਦੇ ਵਿੱਚ ਕੁਝ ਕੁ ਦੇ ਸੋ ਨਿਹਾਲ ਮਾਤਾ ਦੁਆਰਕੀ ਜੀ, ਚਾਹੇ ਪਿੰਡ ਸਹਾਪੁਰ ਹੈ ਚਾਹੇ ਚਾਨੀਆ ਹੈ, ਪੰਜਾਬ ਦੇ ਹੋਰ ਵੀ ਕਈ ਪੈ ਰਹੇ ਹਨ, ਬੋਲੇ ਸੋ ਨਿਹਾਲ ਸੌਂਗ ਦੀ ਸੇਵਾ ਨਿਭਾ ਰਹੇ ਮੇਰੇ ਵੀ ਸੌਂਗ ਵਾਲੇ। ਠੀਕ ਹੈ ਠੀਕ ਹੈ ਜੀ, ਇਸ ਤੋਂ ਪਹਿਲਾਂ ਕਿ ਮੈਂ ਅਗਲੇ ਢੱਡੀ ਜੱਥੇ ਨੂੰ ਆਵਾਜ਼ ਦਿਆਂ ਕਿ ਔਖਾ ਏ ਮਨ ਲੱਖਾਂ ਖੁਸ਼ੀ ਢਾਲ ਲੈਂਦੇ ਹੰਕਾਰ ਨੂੰ ਢਾਉਣਾ, ਔਖਾ ਏ ਗੱਲ ਅੱਲਣ ਮੁੰਡਿਆਂ ਦੀ ਬਾਬੇ ਨੂੰ ਲਿਆਉਣਾ, ਔਖਾ ਏ ਹਰ ਕੋਈ ਸੁਰਮਾ ਪਾ ਲੈਂਦਾ ਪਾ ਕੇ ਮਟਕਾਉਣਾ, ਔਖਾ ਏ
ਫੁੱਲਾਂ ਤੇ ਹਰ ਕੋਈ ਸੌਂ ਸਕਦਾ,